प्रीति प्रीति हाँ जी पापा जी आलो बदल हो गया ऊपर ले आ ये बाकी अब जरा सोच समझ लो ठीक है क्या मार दो ते जब तू गालू हो दी तब मैं फोन कर दी ठीक है आप दाका रा ते तू मार दा ठीक है अपना उन्हें लोड नहीं ते जब तू गालू हो दी तब मैं फोन कर दी ठीक है ते ना तो क्या दिन बड़े बड़े तो मेरी जिंदगी तो वैसे भी मैं रखी है थोड़े ना ध्यान रखी
ਪਹਿਲੇ ਵਿਆਹ ਵਾਲੇ ਮੇਰੀ ਮਰਜ਼ੀ ਨਾਲ ਨਹੀਂ ਰਹਿ ਗਿਆ, ਇਹਦੇ ਵਿੱਚ ਧੱਕਾ ਪਾਇਆ ਸੀ ਮੇਰੇ ਨਾਲ, ਮੈਂ ਮਨਾ ਕੀਤਾ ਸੀ ਪਹਿਲੇ ਦਿਨ, ਜੇ ਮੈਂ ਘਰੇ ਰਹਿਗਾ ਨਾ ਤਾਂ ਜੁੱਤੀ ਲੋਕ ਬਣ ਕੇ ਰਹਿਣਾ ਪਊ, ਬਾਹਲੀ ਬਕਵਾਸ ਨਾ ਕਰ, ਤੈਨੂੰ ਇੱਕ ਵਾਰ ਸਮਝਾ ਤਾ ਤੂੰ ਵਾਰ ਵਾਰ ਨਾ ਕਰਨਾ ਪਊ। ਜੇ ਰਹਿਣਾ ਨਾ ਇੱਥੇ ਹੀ ਰਹਿਣਾ, ਬਾਹਲੀ ਬਕਵਾਸ ਨਾ ਕਰ, ਚੁੱਪ ਕਰਕੇ ਬੈਠੀ ਦਿਮਾਗ ਖਰਾਬ ਕਰੀ। ਪਤਾ ਨੀ ਮੈਂ ਕਾਹਦਾ ਦਿਮਾਗ ਖਰਾਬ ਕੀਤਾ ਹੈ। ਮੈਂ ਕਿਹਾ ਨਾ ਕਿਉਂ ਕਿਸ ਕਿਸ ਕੀਤੀ ਹੈ ਨਾ, ਮੈਂ ਕੀ ਕਿਸ ਕਿਸ ਕੀਤੀ, ਕਿਸ ਕਿਸ ਤਾਂ ਤੁਸੀਂ ਕਰ ਰੱਖਿਆ। ਚੁੱਪ ਕਰ ਜਾ ਯਾਰ, ਕਿਉਂ ਦਿਮਾਗ ਖਾਦਾ ਤੈਨੂੰ, ਇੱਕ ਵਾਰ ਕਹਿਤਾ ਨਾ, ਤੈਨੂੰ ਇੱਕ ਵਾਰ ਸਮਝਾ ਤਾ ਮੈਂ ਪਿਆਰ ਨਾਲ, ਠੀਕ ਹੈ ਨਾ, ਇਹ ਤੋਂ ਬਾਅਦ ਮੇਰਾ ਹੱਥ ਉੱਠੋ, ਚੁੱਪ ਕਰ ਜਾ। ਉਦੋਂ ਤੇਰੇ ਘਰ ਦੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ, ਐਂ ਕਰ ਦਾਂਗੇ ਉਹ ਕਰ ਦਾਂਗੇ, ਨਾ ਤਾਂ ਤੂੰ ਦਾਜ ਲੈ ਕੇ ਆਈ ਆ ਨਾ ਕੁਛ ਹੋਰ ਲੈ ਕੇ, ਚੱਕ ਕੇ ਮੂੰਹ ਉੱਥੇ ਤੋਰ ਤਾ ਨਾ। ਫਿਰ ਤੁਸੀਂ ਇਹ ਕਹੋ ਨਾ ਵੀ ਮੈਂ ਦਾਜ ਕਰਕੇ ਵਿਆਹ ਕਰਦੀ, ਦਾਜ ਨਹੀਂ ਤੁਹਾਨੂੰ ਮਿਲਿਆ ਤਾਂ ਤੁਸੀਂ ਮੈਨੂੰ ਖੁਸ਼ ਨਹੀਂ ਰੱਖ ਪਾਉਂਦੇ। ਮੈਨੂੰ ਤਾਂ ਯਾਰ ਨਹੀਂ ਪਸੰਦ ਸੀ ਪਹਿਲੇ ਦਿਨ ਤੋਂ, ਠੀਕ ਹੈ ਨਾ, ਨਹੀਂ ਪਸੰਦ ਸੀ। ਸਮਝ ਤਾਂ ਤੁਹਾਡੀ ਆਉਂਦੀ ਨਹੀਂ, ਕਦੇ ਦਾਜ ਬਾਰੇ ਕਹਿੰਦੇ ਹੋ, ਕਦੇ ਕਿਹਦੇ ਬਾਰੇ ਕਹਿੰਦੇ ਹੋ। ਮੈਂ ਤੈਨੂੰ ਕਹਿਤਾ ਨਾ ਇੱਕ ਵਾਰ ਚੁੱਪ ਕਰਕੇ ਬੈਠ ਲੈ। ਮੇਰੀ ਗਲਤੀ ਕੀ ਹੈ ਮੈਨੂੰ ਇਹ ਤਾਂ ਦੱਸ ਦਿਓ। ਤੇਰੀ ਗਲਤੀ ਇਹੀ ਹੈ ਕਿ ਤੂੰ ਵਿਆਹ ਕਰਵਾ ਕੇ ਇਸ ਘਰ ਵਿੱਚ ਆਈ, ਤੇਰੇ ਨਾਲ ਇਦਾਂ ਦੀ ਵਰਤਾਓ ਹੋਊਗਾ, ਬਾਹਲੀ ਬਕਵਾਸ ਨਾ ਕਰੇ। ਕੋਈ ਨਾ, ਮੈਂ ਭਾਬੀ ਨੂੰ ਦੱਸੂ ਸੁਬਾਹ ਨੂੰ ਬਾਹਲੀ ਬਕਵਾਸ ਨੀ ਕਰ, ਦੋ ਮਾਰਨਾ ਛਿੱਤਰ ਮੇਰੇ ਮੁਰੇ ਕਦੇ ਭਾਬੀ ਨੀ ਬੋਲੀ ਹੈਗੀ, ਨਾਲੇ ਮੇਰੇ ਨਾਲ ਵੱਡੀ ਆ। ਤੁਸੀਂ ਤਾਂ ਕਿਵੇਂ ਗੱਲ ਕਰਨੀ ਆਪਣੇ ਘਰ ਵਾਲੇ ਨਾਲ ਜਾ ਕੇ, ਚੁੱਪ ਕਰਕੇ ਪੈ ਜਾ, ਬਕਵਾਸ ਨਾ ਕਰ, ਮੈਨੂੰ ਗੁੱਸਾ ਚੜੀ ਜਾਂਦਾ। ਹੋਰ ਅੱਜ ਕਿਤੇ ਲਾ ਕੇ ਘੰਟਾ ਹੋ ਗਿਆ ਮੈਨੂੰ ਦੇਖੀ, ਮੈਨੂੰ ਚੁੱਪ ਕਰ ਦੂਗੀ। ਬਕਵਾਸ ਕਰਨਾ ਕਰ, ਮੈਨੂੰ ਬੁਲਾਈ ਨਾ, ਠੀਕ ਹੈ, ਮੈਂ ਸੌਣਾ ਗਾ, ਤੇਰਾ ਲਿਆਤਾ ਹੋਇਆ ਤਾਂ ਮੈਂ ਦੁੱਧ ਜਮਾ ਨੀ ਪੀਂਦਾ। ਆਹੀ ਦਿਨ ਦੇਖਣਾ ਬਾਕੀ ਰਹਿ ਗਿਆ ਸੀ, ਜਿਵੇਂ ਵੀ ਔਖੀ ਸੌਖੀ ਜ਼ਿੰਦਗੀ ਤਾਂ ਕੱਟਣੀ ਪਊਗੀ। ਘਰਦੇ ਕਹਿੰਦੇ ਸੀ ਵੀ ਖੁਸ਼ ਰਹੇਗੀ, ਵਧੀਆ ਕਰਦੇ ਆ, ਹੁਣ ਆਹ ਦਿਨ ਦੇਖਣੇ ਮੇਰੇ। ਹੁਣ ਘਰਦਿਆਂ ਨੂੰ ਜਿਵੇਂ ਸਹੀ ਲੱਗਿਆ ਉਵੇਂ ਕੀਤਾ ਉਹਨਾਂ ਨੇ, ਬਸ ਅੱਗੇ ਪਿੱਛੇ ਦੇਖਣਾ ਵੀ ਸੀਗਾ, ਪੁੱਛਣਾ ਵੀ ਸੀ, ਖੁਦ ਨੂੰ ਵੀ ਇੱਥੇ ਹੀ ਪੁੱਛ ਲਿਆ। ਉਹਦੇ ਬਾਰੇ ਮੇਰੇ ਕੋਲ ਗੱਲ ਨਾ ਕਰਿਆ, ਗੱਲ ਧੱਕੇ ਨਾਲ ਵਿਆਹ ਕਰਤਾ ਮੇਰਾ, ਕੋਈ ਨਾ ਸਵਾ ਤਾਂ ਠੀਕ ਆ। ਓ ਯਾਰ ਕੀ ਸਵਾ ਠੀਕ ਆ, ਹੋਰ ਕੋਈ ਗੱਲ ਨਹੀਂ, ਕੋਈ ਨਾ ਹੌਲੀ ਹੌਲੀ ਰੱਖ ਜੂ ਆਪਣੇ ਟੱਬਰ ਚ, ਹੋਰ ਕੋਈ ਗੱਲ ਨਹੀਂ। ਜਿਹੜੀ ਕੁੜੀ ਤੂੰ ਪਸੰਦ ਕਰੀ ਬੈਠਾ ਤੇ ਉਹ ਥੋੜੀ ਆਪਣਾ ਗੋਹਾ ਕੂੜਾ ਕਰਨ ਲੱਗ ਰਹੀ ਸੀ, ਉਹ ਕਿਹੜਾ ਕਰਨ ਲੱਗ ਰਹੀ ਸੀ, ਲੱਗ ਜੂ ਕੋਈ ਨਾ, ਲਾ ਲੂੰਗੀ ਮੈਂ ਆਪੀ, ਨਰਮ ਸਵਾ ਦਾ ਵਧੀਆ ਲੱਗਿਆ ਸਵਾ। ਤਾਂ ਤੂੰ ਮੇਰੇ ਨਾਲ ਬੜੀ ਗੱਲ ਨਾ ਮਾਰ, ਜੀ ਕੋਈ ਹੋਰ ਗੱਲ ਕਰ, ਇੱਕ ਚਾਹ ਲੈ ਆਵਾਂ, ਮੈਂ ਕਾਦੀ ਚਾਹ ਬਣਾਈ ਬੈਠੀ ਆ, ਮੈਂ ਚਾਹ ਵੀ ਨਹੀਂ, ਮੇਰਾ ਤਾਂ ਸਾਰੀ ਭੁੱਖ ਚਾਹ ਮਾਰ ਦੀ, ਚਾਹ ਕਰਾ ਲਾ। ਇੰਨਾ ਦੁਖੀ ਕਿਉਂ ਹੁੰਨਾਗਾ, ਉਹ ਕੀ ਹੋਈ ਬਿਨ ਗੱਲ ਤੋਂ ਧੱਕਾ ਕੀਤਾ, ਇਹਦਾ ਕਾਹਦਾ ਧੱਕਾ, ਸਾਡਾ ਨਹੀਂ ਹੋਇਆ ਵਿਆ, ਮਰਜ਼ੀ ਨਾਲ ਹੋਇਆ ਸੀ ਮੇਰਾ, ਪਿੰਡ ਮਰਜ਼ੀ ਤੋਂ ਹੋਇਆ, ਠੀਕ ਹੈ ਨਾ, ਆਪਦੇ ਵਿਆਹ ਨਾਲ ਨਾ ਮੈਨੂੰ ਮਾਰੇ ਮਾਰੇ।
ਕੋਈ ਨਾ ਐਵੇਂ ਚੱਲਦੀ ਰਹਿੰਦਾ ਜ਼ਿੰਦਗੀ ਵਿਆਹ ਮਰਜ਼ੀ ਨਾਲ ਨਾ ਮਰਜ਼ੀ ਨਾਲ ਘਰਦਿਆਂ ਦੀ ਮਰਜ਼ੀ ਨਾਲ ਹੀ ਵਿਆਹ ਕਰਨਾ ਚਾਹੀਦਾ ਗਾ ਦੇਖ ਲੈ ਸਾਡੀ ਲੜਾਈ ਪਈ ਰਿਹਾ ਕਰਦੀ ਰੋਜ਼ ਉਹਨੇ ਮੇਰੇ ਨਾਲ ਕੰਮ ਨਹੀਂ ਕਰਾਉਣਾ ਸੀ ਚੱਲ ਫਿਰ ਤੁਹਾਡੀ ਪੈਂਦੀ ਹੁਣ ਮੇਰੀ ਪਈ ਰਹੂਗੀ ਐਵੇਂ ਕਿਵੇਂ ਪਾਉਗੀ ਤੇਰੀ ਮੇਰਾ ਹੀ ਰਹੂ ਤੈਨੂੰ ਚਰਕਲੇ ਰੋਜ਼ ਐਵੇਂ ਕਿਵੇਂ ਰਹੂਗਾ ਮੈਂ ਐਵੇਂ ਹੋ ਨਹੀਂ ਦਿੰਦੀ ਇਹ ਤਾਂ ਬਹੁਤ ਕੁਝ ਕਰੂਗੀ ਇੱਥੇ ਮੇਰੀ ਮਰਜ਼ੀ ਤੇ ਨਾ ਤੁਹਾਡਾ ਧੱਕਾ ਚੱਲਦਾ ਇੱਥੇ ਚੱਲਣਾ ਹੀ ਚੱਲਣਾ क्या है ऐसे क्यों करती हो पूजा भी नहीं करने देती क्या हुआ बीबी जी ऐसे क्यों बैठे हो मुंह लटका हाँ देख ला रामू कर्म वाले की होती है जे क्या कर रहे हो तो लड़ाई झगड़ा करते हो कोई राय नहीं लेनी किसी की और नहीं राय लेती रामू दस सही बात है जी चल तू और गल कर ला हुन सारीयां गल्लां मेरे सिर ते है सोचना सी ना गल ਹੁਣ ਕਹਿ ਰਹੇ ਜਿਹੜੀ ਗੱਲ ਪਹਿਲਾਂ ਸੋਚਣੀ ਸੀ ਹੁਣ ਕਹਿਦਾ ਕੀ ਫਾਇਦਾ ਉਹਦੇ ਸੋਚਣਾ ਸੀ ਤੁਹਾਰਾ ਬੜੀ ਹੀ ਗਈ ਆ ਭਈਆ ਜੀ ਤੁਹਾਰਾ ਤਾਂ ਵਧੀਆ ਕੀ ਆ ਬੀਬੀ ਜੀ ਨੇ ਕਿਹਾ ਮਾੜਾ ਕੇ ਕੀ ਆ ਕੀ ਵਧੀਆ ਕੀਤਾ ਯਾਰ ਰਾਮੂ ਪੁੱਛਦੇ ਨਹੀਂ ਕੁਝ ਗਿਣਦੇ ਦੇਖ ਲੈ ਰਾਮੂ ਲੋਕਾਂ ਦੇ ਮੁੰਡੇ ਆ ਫਿਰਦੇ ਆ ਜੇ ਮੈਂ ਦਾ ਵਿਆਹ ਕਰਤਾ ਕੋਈ ਮਾੜਾ ਕਰਤਾ ਸਹੀ ਬਾਤ ਹੈ ਜੀ ਬੜੀਆ ਪਰਿਵਾਰ ਹੈ ਜੀ ਮੇਰਾ ਮਾੜਾ ਹੀ ਕਰਤਾ ਇੰਨੀ ਨਰਮ ਕੁੜੀ ਆ ਗਈ ਆ ਇਹ ਜੀ ਕੁੜੀਆਂ ਨੂੰ ਮਿਲਣੀ ਨਹੀਂ ਸੀ ਬਹੁਤ ਬੜੀਆ ਹੈ ਛੋਟੀ ਬੀਬੀ ਜੀ ਤਾਂ ਬੜੀਆ ਹੈ सभी काम करती है वो जो तो बड़ी है भैया मैं तो तुम्हारे लिए ये वो पूजा करके आया हूँ हनुमान के ऐसे देख ला की खुश रहे ये भी परदेसी बंदा हो कहीं चल बढ़िया रामू सुख मांगता तेरी कोई तो सुख मांगता आज बाबा का दिन है वो बाबा का मृजंग बली का चल बढ़िया रामू उसकी पूजा करके आया हूँ चल रामू कख पाने वाले पहने तू तो पाला करता हाँ भी तो होता है काम करता हूँ मैं बारी बारी में गलत कौन वाले मिले मुझे तो होटल ही सेड़ा है चापा मेरा नहीं सेड़ा है ये तो पानी करना पू बंजर खाना चल मैं भी तेरा काम रामू नाल पट्ठे पवा वा तू तो ही नहीं नमका के बैठा रहेगा मेरी जान उसे आपा पा के रखता दे सत श्री अकाल जी सारा जो साडे वीडियो तुसी बहुत बहुत प्यार दे रहे हो धन्यवाद तो साडे वीडियो तुहानू किद्दां दी लगदी ने कमेंट बॉक्स में जरूर दस्या करो तो होर किस किस टॉपिक ते सानू वीडियो बनाउणियां चाहीदियां ने कमेंट बॉक्स दे विच टॉपिक लिख के शेयर जरूर करया करो हाँ जी साडी वीडियो नू तुसी बहुत प्यार दे रहे होंगे बहुत ज़्यादा कमेंट दे रहे हो वधिया कमेंट हुंदे आगे तो बाकी अगे भी इसे तरह ही असीं वीडियो वधिया तो वधिया लैके तुहाडे सामने आया करांगे और भैया ये मत भूलना घंटी वाला बटन दबाना चलो ठीक है भैया अब हम अगली वीडियो में मिलेंगे चलो ठीक है धन्यवाद थैंक यू जी धन्यवाद।